ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀਨਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਆਸਾਨ ਡਿਜ਼ਾਈਨ ਇਹ ਡਿਜ਼ਾਈਨ ਸਪੈਸ਼ਲ ਪਹਿਣਾ ਦੀ ਕੋਟੀ ਤੇ ਜੈਕਟ ਲਈ ਆ ਤੇ ਚਿੱਟੀ ਹੋਣ ਦੇ ਵਿੱਚ ਬਣਿਆ ਇਹ ਬਹੁਤ ਸੋਹਣਾ ਲੱਗਦਾ ਚਿੱਟੇ ਰੰਗ ਦੇ ਵਿੱਚ ਤੇ ਇਹ ਡਿਜ਼ਾਈਨ ਬਣਾਉਣ ਲਈ ਆਪਾਂ 2-2 ਦੇ ਹਿਸਾਬ ਨਾਲ ਟੁੰਡੇ ਲੈਣੇ ਨੇ ਤੇ 6 ਸਲਾਈਆਂ ਦਾ ਇਹ ਆਪਣਾ ਡਿਜ਼ਾਈਨ 6 ਸਲਾਈਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਆਪਾਂ ਇੱਕ ਸਲਾਈ ਸਿੱਧੀ ਪਾ ਲੈਣੀ ਆ ਤੇ ਬੈਕ ਸਾਈਡ ਤੋਂ ਇਹ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਬਣਾਉਣਾ ਵੀ ਬਹੁਤ ਆਸਾਨ ਹੈ ਪਹਿਲੀ ਸਲਾਈ ਆ ਜੀ ਡਿਜ਼ਾਈਨ ਦੀ ਪਹਿਲਾ ਗੁੰਡਾ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਕੇ ਆਪਾਂ ਧਾਗਾ ਪਿੱਛੇ ਕਰਕੇ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ

ਪਹਿਲਾ ਗੁੰਡਾ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਕੇ ਜਿਹੜੇ ਆਪਾਂ ਇੱਧਰ ਦੋ ਗੁੰਡੇ ਸਿੱਧੇ ਬਣਾਏ ਨੇ ਉਹ ਇੱਧਰ ਸਿੱਧੇ ਪਾਸੇ ਆਪਣੇ ਉਲਟੇ ਆ ਜਾਣਗੇ। ਦੋ ਗੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ। ਜਿਹੜੇ ਆਪਾਂ ਇੱਧਰ ਦੋ ਗੁੰਡੇ ਉਲਟੇ ਬਣਾਏ ਆ ਬੈਕ ਸਾਈਡ ਤੇ ਉਹ ਇੱਧਰ ਆਪਾਂ ਸਿੱਧੇ ਬਣਾਉਣੇ ਨੇ। ਦੋ ਗੁੰਡੇ ਸਿੱਧੇ ਬਣਾਉਣੇ ਨੇ ਤੇ ਇਹ ਇੱਕ ਗੁੰਡਾ ਆਪਾਂ ਸਿੱਧਾ ਬੁਣ ਕੇ ਇਸ ਤਰ੍ਹਾਂ ਧਾਗਾ ਘੁਮਾ ਲੈਣਾ ਤੇ ਵਿੱਚ ਜਾਲੀ ਪਾ ਲੈਣੀ। ਇਸ ਤਰ੍ਹਾਂ ਫਿਰ ਦੋ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਫਿਰ ਇਸ ਤਰ੍ਹਾਂ ਆਪਾਂ ਜਾਲੀ ਬਣਾਵਾਂਗੇ ਇੱਥੇ ਧਾਗਾ ਘੁਮਾ ਲੈਣਾ ਸਲਾਈ ਤੋਂ ਦੀ ਇੱਕ ਗੁੰਡਾ ਫੇਰ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਹੈ ਦੋ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਇਸ ਤਰ੍ਹਾਂ ਆਪਾਂ ਵਿੱਚ ਜਾਲੀ ਪਾ ਲੈਣੀ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬੁਣ ਦਿਆਂਗੇ ਹੁਣ ਆਗੇ ਜੀ ਆਪਾਂ ਤੀਜੀ ਸਲਾਈ ਤੇ ਡਿਜ਼ਾਈਨ ਦੀ ਤੇ ਪਹਿਲਾ ਗੁੰਡਾ ਬਿਨਾ ਬੁਣੇ ਉਤਾਰ ਕੇ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਉਲਟੇ ਆ ਜਾਲੀ ਵਾਲੇ ਗੁੰਡੇ ਨੂੰ ਵੀ ਆਪਾਂ ਉਲਟਾ ਹੀ ਬੁਣ ਦੇਣਾ ਦੋ ਗੁੰਡੇ ਸਿੱਧੇ ਸਾਰੀ ਸਲਾਈ ਇਸੇ ਤਰ੍ਹਾਂ ਹੀ ਪਾਵਾਂਗੇ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਉਲਟੇ ਤਾਂ ਸਲਾਈਆਂ ਨਾ ਬਣ ਗਈਆਂ ਆਪਣੀਆਂ ਡਿਜ਼ਾਈਨ ਦੀਆਂ ਚੌਥੀ ਸਲਾਈ ਤੇ ਆ ਗਏ ਸਿੱਧੇ ਪਾਸੇ ਪਹਿਲਾ ਗੁੰਡਾ ਬਿਨਾ ਬੁਣੇ ਉਤਾਰ ਕੇ ਦੋ ਗੁੰਡੇ ਉਲਟੇ 10 ਗੁੰਡੇ ਸਿੱਧੇ ਫਿਰ ਆਪਣੇ ਦੋ ਗੁੰਡੇ ਉਲਟੇ 10 ਗੁੰਡੇ ਸਿੱਧੇ ਦੋ ਕੁੰਡੇ ਉਲਟੇ ਸਾਰੀ ਸਲਾਈ ਇਸੇ ਤਰ੍ਹਾਂ ਹੀ ਪਾਵਾਂਗੇ ਚਾਰ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਤੇ ਡਿਜ਼ਾਈਨ ਦੇਖੋ ਆਪਣਾ ਇਹ ਬਣਨਾ ਸ਼ੁਰੂ ਹੋ ਗਿਆ ਹੁਣ ਆ ਗਈ ਜੀ ਪੰਜਵੀਂ ਸਲਾਈ ਤੇ ਬੈਕ ਸਾਈਡ ਪੰਜਵੀਂ ਸਲਾਈ ਆਪਾਂ ਫੇਰ ਉਸੇ ਤਰ੍ਹਾਂ ਹੀ ਪਾ ਲੈਣੀ ਆ දෝකුඩ ඔොල්ට තැනු සොරි දෝකුඩේ සිද්ද තැන්න කු්ඩේ ඔොල්ටේ ෆ දෝකුන්ඩේ සිද්දේ තැන්න කුන්්ඩේ ඔොල්ටේ බොහොති සිම්පල්ට ඥයනා පරපනයම් බො සොන ලක්ගුග වැසය පයනු කිසේ වී රංග දෙ උපරපුුණ සාකදයන්ගේ ਹਰੇਕ ਰੰਗ ਤੇ ਜਚੂਗਾ ਵੀ ਤੇ ਵਾਈਟ ਰੰਗ ਤੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਐਸਟਰਾ ਪੰਜ ਸਲਾਈਆਂ ਬਣ ਗਈਆਂ ਛੇਵੀਂ ਸਲਾਈ ਤੇ ਆ ਗਏ ਸਿੱਧੇ ਪਾਸੇ ਪਹਿਲਾ ਗੁੰਡਾ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਕੇ ਦੋ ਗੁੰਡੇ ਆਪਾਂ ਉਲਟੇ ਬਣਾਉਣੇ ਨੇ ਧਾਗਾ ਪਿੱਛੇ ਕਰ ਲੈਣਾ ਤੇ ਹੁਣ ਆਹ ਵਾਲੇ ਜਿਹੜੇ ਤਿੰਨ ਕੁੰਡੇ ਸਿੱਧੇ ਨੇ ਆਹ ਜਿਹੜਾ ਤੀਜਾ ਕੁੰਡਾ ਆਪਾਂ ਇਹਨੂੰ ਇਸ ਤਰ੍ਹਾਂ ਅੱਗੇ ਲਿਆਉਣਾ ਇਸ ਤਰ੍ਹਾਂ ਅੱਗੇ ਲਿਆਵਾਂਗੇ ਤੇ ਇਹਨੂੰ ਸਿੱਧਾ ਬੁਣ ਦੇਾਂਗੇ ਤੇ ਆਹ ਵਾਲੇ ਜਿਹੜੇ ਦੋ ਕੁੰਡੇ ਰਹਿ ਗਏ ਇਹਨਾਂ ਨੂੰ ਆਪਾਂ ਬੈਕ ਲੂਪ ਤੋਂ ਦੋਨੋਂ ਇਕੱਠੇ ਬੁਣ ਦੇਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇੱਥੇ ਹੁਣ ਫੇਰ ਆਪਣੇ ਤਿੰਨ ਕੁੰਡਿਆਂ ਤੋਂ ਦੋ ਕੁੰਡੇ ਰਹਿ ਗਏ ਪਹਿਲਾਂ ਆਪਣੇ ਇੱਥੇ ਸ਼ੁਰੂ ਦੇ ਵਿੱਚ ਦੋ ਗੁੰਡੇ ਸੀਗੇ ਫੇਰ ਆਪਾਂ ਇੱਥੇ ਜਾਲੀ ਪਾ ਕੇ ਤਿੰਨ ਕੁੰਡੇ ਬਣ ਗਏ ਤੇ ਹੁਣ ਆਪਣੇ ਤਿੰਨ ਕੁੰਡਿਆਂ ਤੋਂ ਫੇਰ ਦੋ ਕੁੰਡੇ ਰਹਿ ਗਏ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਆਹ ਤਿੰਨ ਕੁੰਡਿਆਂ ਦੇ ਵਿੱਚੋਂ ਜਿਹੜਾ ਤੀਜਾ ਕੁੰਡਾ ਇਹਨੂੰ ਇਸ ਤਰ੍ਹਾਂ ਆਪਾਂ ਅੱਗੇ ਲਿਆਉਣਾ ਤੇ ਦੋ ਕੁੰਡਿਆਂ ਨੂੰ ਆਪਾਂ ਪਿੱਛੇ ਲੈ ਜਾਾਂਗੇ ਇਹ ਕੁੰਡੇ ਨੂੰ ਆਪਾਂ ਪਹਿਲਾਂ ਸਿੱਧਾ ਬੁਣਦੇਾਂਗੇ ਐਸ ਤਰ੍ਹਾਂ ਤੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੁਣ ਦੇਣਾ ਬੈਕ ਲੂਪ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਐਸ ਤਰ੍ਹਾਂ ਫੇਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ ਤੀਜੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਅੱਗੇ ਲਿਆਉਣਾ ਤੇ ਆਹ ਵਾਲੇ ਦੋ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹ ਕੁੰਡੇ ਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਸਿੱਧਾ ਬੁਣ ਦੇਣਾ ਅਗਲੇ ਦੋ ਕੁੰਡਿਆਂ ਨੂੰ ਬੈਕ ਲੂਪ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਿਆਂਗੇ ਐਸ ਤਰ੍ਹਾਂ ਦੋ ਕੁੰਡੇ ਉਲਟੇ ਤੇ ਲਾਸਟ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬੁਣ ਦਿਆਂਗੇ 6 ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਤੇ ਦੇਖੋ ਇੱਕ ਡਿਜ਼ਾਈਨ ਇਹ ਆਪਣਾ ਬਣ ਗਿਆ ਹੁਣ ਫੇਰ ਆਪਾਂ ਪਹਿਲੀ ਸਲਾਈ ਤੋਂ ਇੱਥੋਂ ਸ਼ੁਰੂ ਕਰ ਲਾਂਗੇ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਪਾਉਣੀ ਆ ਤੇ ਸਿੱਧੀ ਸਾਈਡ ਤੇ ਆ ਕੇ ਆਪਾਂ ਦੋ ਕੁੰਡੇ ਉਲਟੇ ਤੇ ਆਹ ਬੜੇ ਜਿਹੜੇ ਸਿੱਧੇ ਕੁੰਡੇ ਆ ਇਹਨਾਂ ਤੇ ਹੀ ਆਪਾਂ ਫੇਰ ਦੋ ਕੁੰਡਿਆਂ ਤੋਂ ਇੱਥੇ ਜਾਲੀ ਪਾ ਲੈਣੀ ਆ ਵਿਚਾਲੇ ਦੋ ਕੁੰਡਿਆਂ ਤੋਂ ਆਪਣੇ ਇੱਥੇ ਤਿੰਨ ਕੁੰਡੇ ਬਣ ਜਾਣਗੇ ਇਸੇ ਤਰ੍ਹਾਂ ਆਪਾਂ ਸਾਰੀਆਂ 6 ਦੀਆਂ 6 ਸਲਾਈਆਂ ਕੰਪਲੀਟ ਕਰਦੇ ਜਾਵਾਂਗੇ ਅੱਗੇ ਦੀ ਅੱਗੇ ਤੇ ਅੱਗੇ ਆਪਣਾ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਊਗਾ ਉਮੀਦ ਆ ਤੁਸੀਂ ਡਿਜ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਆ ਇੱਕ ਨਵੇਂ ਤੇ ਸੌਖੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ